ਵੈ ਕਿਰਸ਼ੀ ਦਾ ਖਾਲਸਾ ਵੈ ਕਿਰਸ਼ੀ ਕੀ ਫਤਿਹ ਇਸ ਸਮੇ ਜਿਹੜੀ ਖਬਰ ਸਾਰੇ ਕਿਤੇ ਸਾਹਮਣੇ ਆ ਰਹੀ ਹੈ ਸੁਣ ਰਹੇ ਆਪਾਂ ਔਰ ਆਪਣੇ ਨਾਲ ਹੋ ਵੀ ਰਿਹਾ ਹੈ ਬਹੁਤ ساری ਜਾਣਕਾਰੀ ਹੈ ਜਿਹੜੀ ਤੁਹਾਡੇ WhatsApp ਮੈਸੇजेस ਦੇ ਥਰੂ ਸਾਡੇ ਤੱਕ ਪਹੁੰਚਦੀ ਹੁੰਦੀ ਹੈ ਬਹੁਤ ਸਾਰੇ ਗਰੁੱਪਸ ਨੇ ਸਾਡੇ WhatsApp ਦੇ ਔਰ ਇਸ ਸਮੇ ਜਿਹੜੀ ਕਾਫੀ ਦਿੱਕਤ ਦਾ ਸਾਹਮਣਾ ਸਾਨੂੰ ਵੀ ਕਰਨਾ ਪੈ ਰਿਹਾ ਔਰ ਸਾਰਿਆਂ ਨੂੰ ਹੀ ਇੱਕ ਖਬਰ ਹੈ ਜਿਹੜੀ ਵਰਲਡਵਾਈਡ ਇਹੀ ਲੱਗਦਾ ਜਿਸ ਤਰ੍ਹਾਂ ਦੇ ਨਾਲ WhatsApp ਬੰਦ ਦੀ ਖਬਰ ਹੈ ਜਿਹੜੀ ਪੂਰੇ ਸੰਸਾਰ ਭਰ ਦੇ ਵਿੱਚੋਂ ਆ ਰਹੀ ਹੈ ਔਰ ਹਰ ਇੱਕ ਨੂੰ ਜਿਹੜੇ WhatsApp ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਦੇ ਬਹੁਤ ਸਾਰੇ ਕੰਮ WhatsApp ਦੇ ਉੱਤੇ ਨਿਰਭਰ ਕਰਦੇ ਨੇ ਸਾਰਿਆਂ ਨੂੰ ਹੀ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਹੈ ਕਿਤੇ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਕਿਸੇ ਜਗ੍ਹਾ ਸਰਵਰ ਡਾਊਨ ਹੈ ਔਰ ਕਈ ਥਾਵਾਂ ਤੇ ਵੀ ਮੈਸੇजेस ਆ ਰਹੇ ਨੇ ਕਿ ਕਿਤੇ ਜਿਹੜਾ ਕਾਫੀ ਜ਼ਿਆਦਾ ਡਾਊਨ ਹੈ ਜਾਂ ਕਿਤੇ ਥੋੜੇ-ਬੋਤੇ ਮੈਸੇजेस ਸੈਂਡ ਹੋ ਰਹੇ ਨਹੀਂ ਸਲੋ ਹੋ ਰਹੇ ਨੇ ਔਰ ਕਿਤੇ ਕਈ ਥਾਵਾਂ ਤੋਂ ਮੈਸੇजेस ਆ ਰਹੇ ਨੇ ਕਿ ਸਾਡਾ ਜਿਹੜਾ WhatsApp ਹੈ ਚੱਲ ਵੀ ਰਿਹਾ ਹੈਗਾ ਪਰ ਬਹੁਤ ਜ਼ਿਆਦਾ ਜੇਕਰ ਗੱਲ ਕੀਤੀ ਜਾਵੇ ਇਸ ਸਮੇਂ ਚਾਰੇ ਪਾਸੇ ਚਰਚਾ ਛੜੀ ਹੋਈ ਹੈ ਕਿਉਂਕਿ WhatsApp ਦਾ ਹਰ ਇੱਕ ਇਸਤੇਮਾਲ ਕਰਦਾ ਜਿਹਦੇ ਕੋਲ Android ਫੋਨ ਹੈ ਹਰ ਇੱਕ ਦੇ ਫੋਨ ਦੇ ਵਿੱਚ WhatsApp ਹੈਗਾ ਔਰ ਜੇਕਰ ਅਸੀਂ ਇੱਕ ਬਾਣੀ ਚੈਨਲ ਦੀ ਗੱਲ ਕਰੀਏ ਤਾਂ ਸਾਡੇ ਵੀ WhatsApp ਗਰੁੱਪਸ ਨੇ ਬਹੁਤ ਸਾਰੇ ਗਰੁੱਪਸ ਨੇ ਜਿਨ੍ਹਾਂ ਦੇ ਨਾਲ ਸਾਡਾ ਇੱਕ ਬਾਣੀ ਚੈਨਲ ਦਾ ਪਰਿਵਾਰ ਜੁੜਿਆ ਹੋਇਆ ਬਹੁਤ ਸਾਰੀ ਇਨਫੋਰਮੇਸ਼ਨ ਹੈ ਜਿਹੜੀ ਤੁਸੀਂ ਸਾਨੂੰ ਅ WhatsApp ਦੇ ਰਾਹੀਂ ਜਿਹੜੀ ਪੇਜ ਤੇ ਹੈਗੇ ਉਹ ਔਰ ਤੁਹਾਡੇ ਮੈਸੇजेस ਦੇ ਨਾਲ ਬਹੁਤ ਸਾਰੀ ਜਾਣਕਾਰੀ ਹੈ ਜਿਹੜੀ ਸਾਡੇ ਤਾਈ ਪਹੁੰਚਦੀ ਹੋਗੀ ਹੈਗੀ ਕਈ ਵਾਰੀ ਜਿਸ ਤਰ੍ਹਾਂ ਦੇ ਨਾਲ ਕੁਝ ਜਿਹੜੀ ਜਾਣਕਾਰੀ ਆਪਾਂ ਕਾਲ ਦੇ ਥਰੂ ਜਾਂ ਟੈਕਸਟ ਮੈਸੇजेस ਦੇ ਥਰੂ ਨਹੀਂ ਸੈਂਡ ਕਰਦੇ ਬਹੁਤ ਸਾਰੀ ਇਹੋ ਜਿਹੀ ਕਿ ਤੋਂ ਦੂਰ ਦਰੜੇ ਤੋਂ ਵੀਡੀਓਜ਼ ਵੀ ਜਿਹੜੀਆਂ ਸਾਡੇ ਤਾਈ WhatsApp ਦੇ ਰਾਹੀਂ ਆਉਂਦੀਆਂ ਨੇ ਔਰ ਤੁਸੀਂ ਵੀ ਕਮੈਂਟਸ ਦੇ ਰਾਹੀਂ ਜ਼ਰੂਰ ਸਾਡੇ ਨਾਲ ਸਾਂਝਾ ਕਰੋ ਮੈਂ ਕਮੈਂਟਸ ਵੀ ਜ਼ਰੂਰ ਪੜਾਂਗੀ ਕਿ ਕਿੱਥੇ ਕਿੱਥੇ ਕਿਹੜੀਆਂ-ਕਿਹੜੀਆਂ ਥਾਵਾਂ ਦੇ ਉਤੇ ਕਿਸ ਤਰ੍ਹਾਂ ਦੇ ਨਾਲ WhatsApp ਦੀ ਜਿਹੜੀ ਸਹੂਲਤ ਉਹ ਪਹੁੰਚ ਰਹੀ ਹੈ ਕਿਉਂਕਿ ਬਹੁਤ ਥਾਵਾਂ ਦੇ ਉੱਤੇ ਪੂਰੇ ਸੰਸਾਰ ਭਰ ਦੀ ਜੇਕਰ ਗੱਲ ਕੀਤੀ ਜਾਵੇ ਪੂਰੇ ਵਿਸ਼ਵ ਭਰ ਦੇ ਵਿੱਚ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ WhatsApp ਦਾ ਜਿਹੜਾ ਸਰਵਰ ਹੈ ਡਾਊਨ ਹੈ ਕਈ ਥਾਵਾਂ ਦੇ ਉੱਤੇ ਤਾਂ ਬਹੁਤ ਡਾਊਨ ਹੈ ਅ ਰੀਸਟੋਰਡ ਹੈ ਹਾਂਜੀ ਸਾਡੇ ਨਾਲ ਹਰਨ ਵਿਜੈ ਸਲਾਤੀਆ ਨੇ ਅ ਦਲਜੀਤ ਕੌਰ ਜੀ ਲਿਖ ਰਹੇ ਨੇ ਰੀਸਟੋਰਡ ਹੈ ਬਲਜੀਤ ਸਿੰਘ ਜੀ ਕੈਂਪ ਗੋਲਗੁਜਰਾਲ ਵਿੱਚ ਵੀ ক্লোਜ਼ ਹੈ ਹਰਸ਼ਦੀਪ ਸਿੰਘ ਜੀ ਤਨਵਾਜੀ ਸੁਰਿੰਦਰ ਕੌਰ ਜੀ ਸਾਡੇ ਨਾਲ ਜੁੜੇ ਹੋਏ ਨੇ ਚੱਲ ਪਿਆ ਹੁਣੇ ਹੁਣੇ ਵੀ ਜੀ ਚੈੱਕ ਕਰਦੇ ਆ ਲੇਕਿਨ ਜਦੋਂ ਮੈਂ ਇਹ ਲਾਈਵ ਸ਼ੁਰੂ ਕੀਤਾ ਸੀਗਾ ਉਸ ਸਮੇਂ ਜਿਹੜਾ ਵਟਸਐਪ ਹੈ ਨਹੀਂ ਚੱਲ ਰਿਹਾ ਸੀਗਾ ਸਹੀ ਹੋ ਗਿਆ ਮੈਂ ਹੁਣੇ ਚੈੱਕ ਕਰਕੇ ਤੁਹਾਡੇ ਨਾਲ ਜਿਹੜੀ ਇਹ ਸਾਂਝੀ ਕਰ ਦਿੰਨੇ ਜਾਣਕਾਰੀ ਕੁਝ ਜਵਾਨੀ ਵੀ ਸਰਵਰ ਹੈ ਜਿਹੜਾ ਡਾਊਨ ਹੈ ਜਿੱਤੋਂ ਤੱਕ ਸਾਡੇ ਤਾਈ ਇਨਫੋਰਮੇਸ਼ਨ ਆ ਰਹੀ ਹੈ ਜਿਹੜਾ ਬਹੁਤ ਸਲੋ ਹੈ ਸਰਵਰ ਬਹੁਤ ਡਾਊਨ ਹੈ ਤਾਂ ਔਰ ਇਸ ਸਮੇ ਵੀ WhatsApp ਜੀ ਜਿਸ ਤਰ੍ਹਾਂ ਦੇ ਨਾਲ ਜਾਣਕਾਰੀ ਆਈ ਹੈ ਕਿ WhatsApp ਜਿਹੜਾ ਚੱਲ ਰਿਹਾ ਵਾ ਲੇਕਿਨ ਸਪੀਡ ਸਲੋ ਆ ਰਹੀ ਹੈ 1 ਮਿੰਟ ਮੈਂ ਜ਼ਰੂਰ ਚੈੱਕ ਕਰਨਾ ਚਾਹਾਂਗੀ ਚਲੋ ਜੀ ਜਿਸ ਤਰ੍ਹਾਂ ਦੇ ਨਾਲ ਹੁਣ ਜਾਣਕਾਰੀ ਆ ਰਹੀ ਹੈ ਕਿ WhatsApp ਜਿਹੜਾ ਚੱਲ ਚੁੱਕਿਆ ਔਰ ਫਿਰ ਵੀ ਮੈਂ ਇੱਕ ਵਾਰੀ ਆਪਣੇ ਚੈੱਕ ਕਰਕੇ ਬਿਲਕੁਲ ਜੀ ਬਿਲਕੁਲ ਇਹ ਜਿਹੜੀ ਇਨਫੋਰਮੇਸ਼ਨ ਜਿਹੜੀ ਸਾਹਮਣੇ ਆ ਰਹੀ ਹੈ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ WhatsApp ਮੁੜ ਤੋਂ ਜਿਹੜਾ ਚੱਲ ਪਿਆ ਹੈਗਾ ਵਾ ਔਰ ਤੁਸੀਂ ਵੀ ਕਮੈਂਟਸ ਤੇ ਰਾਹੀਂ ਜ਼ਰੂਰ ਦੱਸਿਓ ਕਿ ਜੇਕਰ ਤੁਹਾਡੇ ਏਰੀਆਜ਼ ਦੇ ਵਿੱਚ ਵੀ ਕਿਸ ਤਰ੍ਹਾਂ ਦੇ ਨਾਲ WhatsApp ਦੀ ਹੁਣ ਸਪੀਡ ਹੈਗੀ ਹੈ ਕਿਉਂਕਿ ਅ ਰਸ਼ਮੀਤ कौर ਜੀ ਮੇਰਾ ਵੀ ਨਹੀਂ ਚੱਲ ਰਿਆ ਜੀ ਰਸ਼ਮੀਤ ਜੀ ਕਹਿ ਰਹੇ ਨੇ ਕਿ ਹੁਣੇ ਜਿਹੜਾ ਚੱਲ ਪਿਆ ਹੈਗਾ ਵਾ ਔਰ ਮੈਂ ਵੀ ਚੈੱਕ ਕੀਤਾ ਫੋਨ ਦੇ ਵਿੱਚ WhatsApp ਮੁੜ ਤੋਂ ਸਟਾਰਟ ਹੋ ਚੁੱਕਿਆ ਫਿਰ ਤੋਂ ਕੰਮ ਕਰਨਾ ਜਿਹੜਾ ਸ਼ੁਰੂ ਹੋ ਚੁਲਿਆ ਹੋ ਗਿਆ ਹੈਗਾ ਤੇ ਸੁਖਵਿੰਦਰ ਸਿੰਘ ਜੀ ਸੰਜੀਗਰ ਵੀ ਚੱਲ ਪਿਆ ਹੈਗਾ ਵਾ ਵਿੱਕੀ ਵੀਰ ਜੀ ਲਿਖ ਰਹੇ ਨੇ ਕਿ ਸਪੀਡ ਸਲੋ ਹੈਗੀ ਆ ਬਲਜੀਤ ਸਿੰਘ ਜੀ ਸ਼ਾਇਦ ਵੀਰ ਜੀ ਕਿਤੇ ਕਿਤੇ ਦਿੱਕਤ ਆ ਰਹੀ ਹੋਵੇਗੀ ਸ਼ਾਇਦ ਕੁਝ ਮਿੰਟਾਂ ਦੇ ਵਿੱਚ ਹੋ ਜਾਵੇ ਦੁਬਾਰਾ ਤੋਂ ਸਲੋ ਸਪੀਡ ਹੈ ਅਹ ਬਹੁਤ ਸਰੀ ਹੈ ਤਾਂ ਮਾਦੇ ਉੱਤੇ ਜ਼ਿਲ੍ਹਾ ਮਾਨਸਾ ਪੰਜਾਬ ਚ ਵੀ ਬੰਦ ਹੈ ਗੁਰਪ੍ਰੀਤ ਸਿੰਘ ਜੀ ਲਿਖ ਰਹੇ ਨੇ ਵੀਰ ਜੀ ਅ ਸਲੋ ਚੱਲ ਰਿਹਾ ਲੇਕਿਨ ਮੁਰ ਤੋਂ ਜਿਹੜਾ ਵਟਸਐਪ ਚੱਲਣਾ ਸ਼ੁਰੂ ਹੋ ਗਿਆ ਹੈਗਾ ਵਾ ਗਾਂਦੀਨਗਰ ਹਰਜਿੰਦਰ ਸਿੰਘ ਜੀ ਲਿਖ ਰਹੇ ਨੇ ਕਿ ਗਾਂਦੀਨਗਰ ਚੱਲ ਪਿਆ ਹੈਗਾ ਲਿਖ ਰਹੇ ਨੇ ਕਿ ਨਹੀਂ ਚੱਲ ਰਿਹਾ ਜੀ ਗਗਨਦੀਪ कौर ਜੀ ਠੀਕ ਹੈ ਜੀ ਗਗਨਦੀਪ ਭੈਣ ਜੀ ਦੱਸ ਰਹੇ ਨੇ ਕਿ ਮੁੜ ਤੋਂ ਅੱਛੀ ਸਪੀਡ ਦੇ ਵਿੱਚ ਉਸੇ ਸਪੀਡ ਦੇ ਵਿੱਚ ਇਹ ਜਿਹੜਾ WhatsApp ਚੱਲ ਰਿਹਾ ਹੈਗਾ ਕਈ ਥਾਵਾਂ ਦੇ ਉੱਤੇ ਹਰਜੀਤ कौर ਜੀ ਲਿਖ ਰਹੇ ਨੇ ਸਪੀਡ ਸਲੋ ਹੈ ਸੰਦੀਪ ਸਿੰਘ ਜੀ ਲਿਖ ਰਹੇ ਨੇ ਨਾਨਕਨਗਰ ਵੀ ਚੱਲ ਪਿਆ ਅ ਹਰਨੀਤ ਸਿੰਘ ਜੀ ਲਿਖ ਰਹੇ ਨੇ ਕਿ ਸਰਵਰ ਡਾਊਨ ਚੱਲ ਰਿਹਾ ਜੀ ਵੀਰ ਜੀ ਕਈ ਥਾਵਾਂ ਦੇ ਉੱਤੇ ਸਲੋ ਹੈ ਕਈਆਂ ਦੇ ਉੱਤੇ ਨਾਰਮਲ ਸਪੀਡ ਦੇ ਵਿੱਚ ਹੀ ਚੱਲ ਰਿਹਾ ਬਹੁਤ ਸਲੋ ਹੈ ਜਸਦੀਪ ਸਿੰਘ ਜੀ ਲਿਖ ਰਹੇ ਨੇ ਪੂਰੇ ਸੰਸਾਰ ਪਰ ਦੇ ਵਿੱਚ ਇਸ ਸਮੇਂ ਇੱਕਦਮ ਜਿਵੇਂ ਕਹਿ ਸਕਦੇ ਇੰਨੀ ਦਿੱਕਤ ਆ ਗਈ ਸੀ ਚਾਰੇ ਪਾਸੇ ਚਰਚਾ ਜੜੀ ਛੜ ਚੁੱਕੀ ਸੀ ਜਿਹੜੇ ਲੋਕ ਅ ਰੈਨਾ ਕਲੋਨੀ ਬਾਬਲਿਆਣਾ ਦੇ ਵਿੱਚ ਨੈਟ ਨਹੀਂ ਕੰਮ ਕਰ ਰਿਹਾ ਵੀਰ ਜੀ WhatsApp ਨਹੀਂ ਕੰਮ ਕਰ ਰਿਹਾ ਸੀਗਾ ਬਾਕੀ ਤੁਸੀਂ Facebook ਵੀ ਚੱਲ ਰਿਹਾ ਸੀ ਹਲੇ ਕੋਈ ਇਨਫੋਰਮੇਸ਼ਨ ਇਹਦੀ ਆਈ ਨਹੀਂ ਸ਼ਾਇਦ ਕੁਝ ਟਾਈਮ ਦੇ ਬਾਅਦ ਇਹ ਵੀ ਕਲੀਅਰ ਹੋ ਜਾਏਗਾ ਕਿ WhatsApp ਨੂੰ ਬੰਦ ਕਿਉਂ ਕੀਤਾ ਗਿਆ ਸੀਗਾ ਹਲੇ ਇਹਦੇ ਰਿਗਾਰਡਿੰਗ ਕੋਈ ਜਾਣਕਾਰੀ ਜਿਹੜੀ ਨਹੀਂ ਆਈ ਹੈ ਗੁਰਬੀਰ ਸਿੰਘ ਜੀ ਜੀ ਬਿਲਕੁਲ ਜੇ ਤੁਹਾਡਾ ਵਧੀਆ ਚੱਲ ਰਿਹਾ ਤਾਂ ਚੰਗੀ ਗੱਲ ਹੈ ਸਪੀਡ ਸਲੋ ਹੈ ਅਸ਼ੋਕਨਗਰ ਸਤਵਾਰੀ ਚ ਸਪੀਡ ਸਲੋ ਹੈ ਆ ਮੁਰਤੂ ਜਿਹੜਾ WhatsApp ਦੇ ਉੱਤੇ ਨਿਰਭਰ ਕਰਦੇ ਬਹੁਤ ਸਾਰੇ ਤੁਹਾਡੇ ਮੈਸੇजेस ਨੇ ਜਿਹੜੇ WhatsApp ਤਾਂ ਰਾਹੀ ਆਉਂਦੇ ਨਹੀਂ ਔਰ ਬਹੁਤ ਸਾਰੀ ਇਨਫੋਰਮੇਸ਼ਨ ਤੁਸੀਂ ਸਾਨੂੰ WhatsApp ਦੇ ਰਾਹੀਂ ਦੇਂਦੇ ਹੋ ਹਰ ਇੱਕ ਨੂੰ ਇਸ ਸਮੇਂ WhatsApp ਦੇ ਉੱਤੇ ਆਪਾਂ ਨਿਰਭਰ ਕਰਦੇ ਹੁੰਨੇ ਆ ਕਿਉਂਕਿ ਆਪਾਂ ਆਪਣੀ ਗੱਲ ਨੂੰ ਬੜੇ ਸ਼ਾਰਟ ਟਾਈਮ ਦੇ ਵਿੱਚ ਜਿਹੜਾ ਪਹੁੰਚਾ ਦਿੰਦੇ ਹੁੰਦੇ ਆ ਤੇ ਇਸ ਸਮੇਂ ਜਿਹੜੀ ਦਿੱਕਤ ਆਈ ਸੀ ਸਾਰਿਆਂ ਨੂੰ ਹੀ ਆਈ ਸੀ ਔਰ ਉਹ ਦਿੱਕਤ ਹੈ ਜਿਹੜੀ ਦੂਰ ਵੀ ਹੋ ਚੁੱਕੀ ਹੈ ਦੇ ਇਜਾਜ਼ਤ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤ